ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕੋ ਉਦੋਂ ਪਹਿਲਾਂ ਮੈਂ ਤੁਹਾਨੂੰ ਗੱਲ ਸੁਣਾਉਂਗਾ ਇਸ ਟਾਈਮ ਜਿਹੜੇ ਮਜ਼ਦੂਰ ਆ ਜਿਨ੍ਹਾਂ ਦੇ ਘਰੇ ਲੰਗਰ ਪਹੁੰਚਿਆ ਸੀਗਾ ਜਿੱਦਨ ਪਾਣੀ ਆਇਆ ਉਹ ਗੱਲ ਧਿਆਨ ਨਾਲ ਸੁਣ ਲੋ ਜੇ ਤੁਹਾਡੀਆਂ ਸਰਕਾਰਾਂ ਮਾੜੀਆਂ ਤਾਂ ਕਰਕੇ ਹਰ ਕੋਈ ਤੁਹਾਨੂੰ ਜੁੱਤੀ ਤੇ ਰੱਖ ਲੈਂਦਾ ਤੁਸੀਂ ਤੁਸੀਂ ਨਾ ਤਾਂ ਕਦੇ ਤੁਹਾਡੀ ਔਕਾਤ ਆ ਨਾ ਜਿਹੜੀ ਤੁਹਾਡੀ ਮਜ਼ਦੂਰੋਂ ਔਕਾਤ ਹੋ ਆ ਕਿ ਜਦੋਂ ਕੋਈ ਤੁਹਾਡੇ ਘਰ ਵੋਟ ਮੰਗਣ ਆਉਂਦਾ ਉਦੋਂ ਬੂਥਾ ਚੱਕ ਕੇ ਅਗਲੇ ਨਾਲ ਜੀ ਜੀ ਕਰਦੇ ਆ ਹੁਣ ਆ ਗੱਲ ਸੁਣ ਲੋ ਜਿਹੜੀ ਤੁਹਾਨੂੰ ਲਹੰਤ ਪੈ ਰਹੀ ਆ ਗੱਲਾਂ-ਗੱਲਾਂ ਦੇ ਵਿੱਚ ਸਾਡਾ ਭਰਾ ਤੁਹਾਨੂੰ ਇੱਕ ਲਹੰਤ ਪਾ ਰਿਹਾ ਉਹ ਸੁਣ ਲੋ ਜੇ ਪਹਿਲਾਂ ਇਹ ਆ ਲਹੰਤ ਸੁਣੋ ਕੋਈ ਗੱਲ ਨਹੀਂ ਜੀ ਵੀਰ ਇਹ ਆ ਚੈੱਕ ਕਰੋ ਭਾਈ ਇਹਦੇ ਵਿੱਚ ਭਰਾ ਸਾਡੇ ਨੇ ਇਹ ਗੱਲ ਕਹੀ ਆ ਕਿ ਜਿਹੜਾ ਅਸੀਂ ਰੱchnੋਂ ਸਾਰਿਆਂ ਦੇ ਘਰੇ ਪਹਚਾਇਆ ਤੇ ਜਿਹੜੇ ਮਜ਼ਦੂਰ ਵਰਗਾ ਮਜ਼ਦੂਰ ਵਰਗਾਂ ਦੇ ਵਿੱਚ ਕੱਲੇ ਐਸਸੀ ਬੀਸੀ ਨਹੀਂ ਆਉਂਦੇ ਮਜ਼ਦੂਰ ਵਰਗਾਂ ਦੇ ਵਿੱਚ ਐਸਸੀ ਬੀਸੀ ਜਰਨਲ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਆਉਂਦੇ ਆ ਮੈਂ ਮਜ਼ਦੂਰ ਵਰਗ ਦੀ ਗੱਲ ਕਰ ਰਿਹਾ ਤੁਹਾਨੂੰ ਅਗਲਾ ਹਰ ਕੋਈ ਕਿਵੇਂ ਨਾ ਕਿਵੇਂ ਕਰਕੇ ਸੁਣਾ ਜਾਂਦਾ ਇਹ ਔਕਾਤ ਤੁਹਾਡੀ ਆ ਜੇਕਰ ਤੁਹਾਡੀ ਸਰਕਾਰ ਬੜਾ ਫੜਦੀ ਤਾਂ ਤੁਹਾਨੂੰ ਕੋਈ ਸੁਣਾਉਣ ਵਾਲਾ ਨਹੀਂ ਹੋਣਾ ਸੀ ਤੁਸੀਂ ਆ ਮਗਰ ਲੱਗ ਕੇ ਕਦੇ ਪਜਾਮੇ ਲਿਬੜ ਵਾਲੇ ਦੇ ਮਗਰ ਲੱਗ ਕੇ ਕਦੇ ਕਿਸੇ ਦੇ ਮਗਰ ਲੱਗ ਕੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਪੰਜਾਬ ਦੇ ਵਿੱਚ ਪਾਣੀ ਆਇਆ ਤੁਹਾਡਾ ਸਰਕਾਰ ਨੇ ਘਟ ਤੇ ਪੰਜਾਬ ਦੇ ਐਨ ਆਰ ਆਈ ਔਰ ਜਿਹੜੇ ਸਾਡੇ ਪੰਜਾਬ ਦੇ ਦਾਨੀ ਸੱਜਣ ਉਹਨਾਂ ਨੇ ਸਾਥ ਤੁਹਾਡਾ ਜਿਆਦੇ ਨਭਾਇਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਇਹ ਸਾਡਾ ਸੱਜਣ ਕਹਿ ਰਿਹਾ ਕਿ ਜਿਹੜੀ ਜੀਰੀ ਇਹਨਾਰੇ ਕਹਿੰਦੇ ਸਾਡੇ ਝੋਨਾ ਕਹਿੰਦੇ ਆ ਜਿਹੜਾ ਝੋਨਾ ਲੱਗ ਰਿਹਾ ਉਹਦੇ ਵਿੱਚ ਕੁਝ ਮਜ਼ਦੂਰ ਹੋਣਗੇ ਜਿਨ੍ਹਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਭਾਈ 5000 ਲਾਵਾਂਗੇ ਇਹਦੇ ਵਿੱਚ ਭਾਈ ਸਾਡਾ ਇਹ ਕਹਿੰਦਾ ਕਿ ਇਹ ਭਾਈਚਾਰੇ ਵਾਲੀ ਕੋਈ ਗੱਲ ਨਹੀਂ ਗਈ ਇਹ ਤੁਹਾਡੇ ਹਾਸਤੇ ਗੱਲ ਗਲਤ ਆ ਕਹਿੰਦਾ ਜੇ ਕਿਸਾਨ ਤੇ ਵਿਪਤਾ ਪਈ ਆ ਹੁਣ ਮੈਂ ਇਹ ਵੀ ਕਹਿ ਦਿੰਦਾ ਕਿਸਾਨ ਜੱਟ ਨਹੀਂਗਾ ਮੈਂ ਜੱਟ ਦੀ ਗੱਲ ਨਹੀਂ ਕਰ ਰਿਹਾ ਕਈ ਮੈਂ ਤੁਹਾਨੂੰ ਕਈ ਲਾਲਿਆਂ ਦੇ ਵਿੱਚੋਂ ਵਿਖਾ ਦੇਣਾ ਜਿਹੜੇ ਲਾਲੇ ਭਰਾਵਾ ਆਪਣੋਂ ਪੰਜਾਬੀ ਚ ਕਹਿੰਦੇ ਮੈਂ ਕੋਈ ਸ਼ਬਦ ਗਲਤ ਨਹੀਂ ਬੋਲ ਰਿਹਾ ਉਹ ਲਾਲਿਆਂ ਕੋ 100-100 ਕਿੱਲਾ ਪੈਲੀ ਦਾ ਵਖਾ ਦਿੰਨਾ ਕਈ ਇਹੋ ਜਿਹੇ ਵਿਅਕਤੀ ਬੈਠੇ ਆ ਤਾਂ ਆਪਣੇ ਐਸਸੀ ਭਾਈਚਾਰੇ ਚੋਂ ਆ ਜਿਨ੍ਹਾਂ ਕੋਲ ਵਾਧੂ ਪੈਲੀ ਪਈ ਆ ਕਈ ਬੀਸੀ ਕੈਟਾਗਰੀ ਚੋਂ ਆ ਜਿਨ੍ਹਾਂ ਕੋਲ ਪੈਲੀਆਂ ਪੱਠੇ ਵਾਧੂ ਆ ਕੱਲੇ ਜ਼ਿਮੀਂਦਾਰ ਕੋਲ ਪੈਲੀ ਨਹੀਂ ਉਹ ਕੱਲਾ ਸਾਡਾ ਜਿਹੜਾ ਭਰਾ ਜ਼ਿਮੀਂਦਾਰ ਕਿਸਾਨ ਨਹੀਂ ਕਿਸਾਨ ਕਿਸਾਨ ਆ ਕਿਸਾਨ ਉਹ ਜਿਹਦੇ ਕੋਲ ਪੈਲੀ ਜਿਹੜਾ ਵਾਈ ਵੇਜੀ ਕਰਦਾ ਹੁਣ ਇਹਦੇ ਵਿੱਚ ਮੈਂ ਜੇ ਗੱਲ ਕਰਾਂ ਮੈਂ ਕਿਸੇ ਵੀ ਜਾਤ ਔਰ ਧਰਮ ਦੇ ਖਿਲਾਫ ਨਹੀਂ ਬੋਲ ਰਿਹਾ ਪਰ ਮੈਂ ਸਿਰਫ ਜਵਾਬ ਦੇ ਰਿਹਾ ਹਾਂ ਹੁਣ ਇਸ ਟਾਈਮੇ ਭਾਈ ਸਾਹਿਬ ਕਹਿ ਰਹੇ ਆ ਕਿ 2000 ਰੁਪਇਆ ਲਵਾਈ ਦੇਣੀ ਸੀ ਆ ਸਾਲ ਕੀ ਹੋਇਆ ਨਾ ਮੇਰੇ 6-7 ਮਹੀਨੇ ਹੋਇਆ ਨੰਗਿਆਂ ਨੂੰ ਟੂੜੀ ਦੀ ਟਰਾਲੀ 5-5000 ਰੁਪਇਆ ਦੀ ਵਿਕੀ ਆ 6-6000 ਰੁਪਇਆ ਦੀ ਟੂੜੀ ਦੀ ਟਰਾਲੀ ਵਿਕੀ ਆ ਨਾਲ ਮੈਂ ਇਹ ਵੀ ਕਹਿ ਦਿੰਨਾ ਕਿ ਕਈ ਪੰਜਾਬ ਦੇ ਪਿੰਡ ਇਹੋ ਜਿਹੇ ਆ ਜਿੱਥੇ ਸਾਡੇ ਜ਼ਿਮੀਂਦਾਰ ਭਾਈਚਾਰਿਆਂ ਨੇ ਮੈਂ ਹੁਣ ਇੱਥੇ ਕਹਿ ਰਿਹਾ ਸਾਡੇ ਜੱਟ ਭਾਈਚਾਰਿਆਂ ਨੇ ਕਈਆਂ ਨੂੰ ਟੂੜੀ ਫ੍ਰੀ ਬਣਾ ਕੇ ਦਿੱਤੀ ਆ ਕਈ ਪਿੰਡ ਇਹੋ ਜਿਹੇ ਆ ਜਿਨ੍ਹਾਂ ਦੇ ਮੈਨੂੰ ਫੋਨ ਵੀ ਆਏ ਆ ਜਿਵੇਂ ਗੱਲ ਕਰਾਂ ਕਿ ਭਾਈ ਜਿਹੜੇ ਵਿਅਕਤੀ ਜਿਹੜੇ ਤਾਂ ਜਿਨ੍ਹਾਂ ਨੇ ਵਿਚਾਰਾਂ ਨੇ ਤੇਲ ਖਰਚੇ ਲਿਆ 1000 ਰੁਪਏ ਚ ਟਰਾਲੀ ਬਣਾਤੀ ਉਹਦੇ ਵਿੱਚ ਮੈਨੂੰ ਕੋਈ ਜਿਹਾ ਸ਼ਿਕਵਾ ਨਹੀਂ ਪਰ ਜਦੋਂ 5-5000 ਦੀ ਤੂੜੀ ਦੀ ਟਰਾਲੀ ਵਿਕੀ ਆ ਉਦੋਂ ਇਹ ਸੱਜਣ ਜਿਹੜੇ ਬੋਲਣ ਵਾਲੇ ਸੀ ਮਜ਼ਦੂਰਾਂ ਨੂੰ ਕਹਿਣ ਵਾਲੇ ਸੀ ਸਾਂਝੀ ਵਾਰਤਾ ਵਾਲੇ ਸੀ ਭਾਈਚਾਰੇ ਦੀ ਗੱਲ ਕਰਨ ਵਾਲੇ ਸੀ ਉਦੋਂ ਇਹ ਕਿੱਧਰ ਗਏ ਸੀ ਮੈਂ ਕਿਸੇ ਦੇ ਕੋਈ ਖਿਲਾਫ ਨਹੀਂ ਬੋਲ ਰਿਹਾ ਮੇਰਾ ਅਧਿਕਾਰ ਆ ਸੁਭਾਲ ਕਰਨਾ ਮੈਂ ਸਿਰਫ ਦੱਸ ਰਿਹਾ ਮੈਂ ਵੀ ਮਜ਼ਦੂਰਾਂ ਦੇ ਘਰੋਂ ਸਬਦਤ ਆਂ ਜਦੋਂ ਗੱਲ ਕਦੇ ਵੀ ਕਿਸਾਨ ਤੇ ਵਿਪਤਾ ਪਵੇ ਮਜ਼ਦੂਰ ਵਰਗ ਜਿਹੜਾ ਕੋਈ ਮਾੜਾ ਮੋਟਾ ਭਾਈ ਆਪਦਾ ਹੈਗਾ ਉਹ ਜਾਣਦਾ ਜਦੋਂ ਦਿੱਲੀ ਦੀ ਗੱਲ ਆਈ ਆ ਪੰਜ ਤੋਂ 6 ਵਾਰੀ ਮੈਂ ਦਿੱਲੀ ਜਾ ਕੇ ਆਇਆ ਦੋ ਦੋ ਦਿਨ ਰਹਿ ਕੇ ਆਇਆ ਔਰ ਕਈ ਮਜ਼ਦੂਰ ਗਏ ਆ ਪਰ ਜਦੋਂ ਮਜ਼ਦੂਰਾਂ ਦੇ लाठी चार्ज ਹੋਏ ਆ ਉਦੋਂ ਭਾਈ ਛੇਤੀ ਕਿਤੇ ਕੋਈ ਬੋੜਦਾ ਨਹੀਂਗਾ ਇਹ ਗੱਲ ਨਾ ਭੁੱਲਿਆ ਕਰੋ ਜੇਕਰ ਭਾਈਜੀ ਰਾਖਣ ਦੀ ਗੱਲ ਆਈ ਆ ਤਾਂ ਇਹ ਪੰਜਾਬ ਨੂੰ ਏ ਬਾਬਾ ਗੁਰੂ ਨਾਨਕ ਦੇਵ ਜੀ ਨੇ ਸੌਂਪਿਆ ਹੋਇਆ ਇਹ ਚ ਲੱਗੂਗੀ 20 ਰੁਪਿਆਵਾਂ ਵਾਲਾ ਲੰਗਰ ਚੱਲੀ ਜਾਂਦਾ ਔਰ ਚੱਲਦਾ ਰਹਿਣਾ ਯਾਦ ਰੱਖ ਲੋ ਨਾ ਤੁਸੀਂ ਲਾਉਂਗੇ ਨਾ ਮੈਂ ਲਾਉਂਗਾ ਪ੍ਰਮਾਤਮਾ ਦਾ ਗੁਰੂ ਨਾਨਕ ਦੇਵ ਜੀ ਦਾ ਲੰਗਰ ਚੱਲਦਾ ਉਹ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਲੰਗਰ ਆ ਬਈ ਉਹ ਘਰ ਘਰ ਪਹੁੰਚੂਗਾ ਪਰ ਜੇ ਗੱਲ ਕਰੀਏ ਕਿਸੇ ਦੇ ਵੱਲੋਂ ਆਇਆ ਉਹ ਕਿਸੇ ਦੇ ਘਰੇ ਪਹੁੰਚੂਗਾ ਕਿਸੇ ਦੇ ਘਰੇ ਨਹੀਂ ਪਹੁੰਚੂਗਾ ਸਰਕਾਰ ਦਾ ਜਿਹੜਾ ਲੰਗਰ ਹੁੰਦਾ ਹਾਲਾਂਕਿ ਹੁੰਦਾ ਉਹ ਲੋਕਾਂ ਦੇ ਪੈਸੇ ਦਾ ਸਰਕਾਰ ਦਾ ਲੰਗਰ ਉਹਨਾਂ ਘਰੇ ਪਹੁੰਚਦਾ ਜਿਹੜੇ ਉਹਨਾਂ ਦੇ ਚੰਗੀ ਬੈਣੀ ਉੱਠਣੀ ਹੁੰਦੀ ਆ ਫਿਰ ਅਗੋਂ ਉਹਦੀ ਮਰਜ਼ੀ ਆ ਉਹ ਕਿਨੂੰ ਰਾਸ਼ਨ ਦਿੰਦਾ ਕਿਨੂੰ ਨਹੀਂ ਦਿੰਦਾ ਇਹ ਸਰਕਾਰ ਦੀ ਨਹੀਂ ਇਹ ਮੈਂ ਸਾਰੀਆਂ ਸਰਕਾਰਾਂ ਦੀ ਗੱਲ ਕਰਦਾ ਫਿਰ ਜਿਹੜਾ ਗੁਰੂ ਨਾਨਕ ਦੇਵ ਜੀ ਦਾ 20 ਰੁਪਿਆ ਦਾ ਲੰਗਰ ਹੁੰਦਾ ਉਹ ਘਰ ਘਰ ਪਹੁੰਚਦਾ ਨਾ ਉਹ ਲੰਗਰ ਵੇਖੇ Hindu ਦਾ ਘਰ ਆ ਨਾ ਉਹ Sikh ਦਾ ਘਰ ਵੇਖੇ ਨਾ ਉਹ Isai ਦਾ ਵੇਖੇ ਨਾ Musalman ਦਾ ਵੇਖੇ ਇਹ ਹੁੰਦਾ ਗੁਰੂ ਨਾਨਕ ਦੇਵ ਜੀ ਦਾ ਲੰਗਰ ਇਹ ਸਾਨੂੰ ਗੱਲਾਂ ਕਹਿਣੀਆਂ ਬੰਦੀਆਂ ਨਹੀਂ ਕਿ ਅਸੀਂ ਲੰਗਰ ਸਾਰਿਆਂ ਦੇ ਘਰੇ ਦਿੱਤਾ ਇਹ ਆ ਗਈ ਤੂੜੀ ਦੀ ਟਰਾਲੀ ਦੀ ਗੱਲ ਕਿ ਉਦੋਂ ਇਹਨਾਂ ਨੂੰ ਨਹੀਂ ਪਤਾ ਵੀ ਮਜ਼ਦੂਰਾਂ ਦਾ ਜਿਹੜੇ ਘਰ ਆ ਭਾਈ ਉਹ ਇੰਨੀ ਮਹਿੰਗੀ ਟਰਾਲੀ ਨਹੀਂ ਲੈ ਸਕਦੇ ਮੈਂ ਫਿਰ ਤੋਂ ਕਹਿ ਰਿਹਾ ਕਈ ਪਿੰਡਾਂ ਦੇ ਵਿੱਚ ਇਹੋ ਜਿਹੇ ਵਿਅਕਤੀ ਬੈਠੇ ਆ ਸਾਡੇ ਕਿਸਾਨ ਭਾਈਚਾਰਾ ਜਿਹੜਾ ਲੋਕਾਂ ਨੂੰ ਫ੍ਰੀ ਵੀ ਟਰਾਲੀਆਂ ਦੇ ਦਿੰਦਾ ਤੂੜੀ ਦੀਆਂ ਔਰ ਕਈ 1000 1200 ਚੋਂ ਤੱਕਲੇ ਨੇ ਤੇਲ ਖਰਚਾ ਲੈਣਾ ਹੀ ਆ ਪਰ 5-5000 ਦੀ ਗੱਲ ਆਉਂਦੀ ਆ ਜੇ ਗੱਲ ਕਰੀਏ ਛਟੀਆਂ ਦੀ ਜਦੋਂ ਨਰਮੇ ਹੁੰਦੇ ਆ ਤੇ ਛਟੀਆਂ ਵੱਜ ਜਾਂਦੀਆਂ ਛਟੀਆਂ ਜਾ ਕੇ ਭੱਠੇ ਤੇ ਵੇਕਦੀਆਂ ਜੇਕਰ ਕਿਸੇ ਆ ਪੱਠੇ ਤੇ ਵੇਕ ਜਾਂਦੀਆਂ ਜੇ ਪੱਠੇ ਤੇ ਨਾ ਵਿਕਣ ਤਾਂ ਜਦੋਂ ਕਿਸੇ ਮਜ਼ਦੂਰ ਦੇ ਘਰੇ ਜਾਂਦੀਆਂ ਉਹ ਵੀ ਟਰਾਲੀ 2500 3000 ਰੁਪਏ ਤੱਕ ਹੀ ਮਿਲਦੀ ਜਦੋਂ ਮੁੱਲ ਮਿਲਦੀ ਆ ਉਦੋਂ ਭਾਈ ਸਾਹਿਬ ਇਹ ਸਾਂਝੀ ਬਾਰਤਾ ਦੀ ਗੱਲ ਆਪਾਂ ਵੀ ਕਰਿਆ ਕਰਗੇ ਮੇਰੀ ਬੇਨਤੀ ਆ ਆ ਪਿਛਲੇ ਸਾਲ ਦੀ ਗੱਲ ਆ ਇੱਕ ਆ ਇੱਥੇ ਪਿੰਡ ਰਹਿੰਦਾ ਮੇਰੇ ਨਾਲ ਹੀ ਪਿੰਡ ਆ ਇੱਥੇ ਆ ਇਥੋਂ ਲਗਭਗ 11 ਤੋਂ 12 ਕਿਲੋਮੀਟਰ ਮੇਰੇ ਪਿੰਡ ਏਰੀਆ ਦਾ ਉੱਥੋਂ ਦਾ ਬੰਦਾ ਜਿਹੜਾ ਜੱਗਾ ਜੱਗਾ ਨਾ ਮੈਂ ਨਾ ਦੱਸੀ ਆ ਨਾ ਮਲੋਟ ਉਹਦੀ ਦੁਕਾਨ ਆ ਉਹ ਬੰਦੇ ਨੇ ਮੈਨੂੰ ਫੋਨ ਕੀਤਾ ਕਹਿੰਦਾ ਭਾਈ ਜੀ ਜਿਹੜੇ ਖਾਲਸਾ ਐਡ ਵਾਲੇ ਆ ਉਹ ਕਿਸਾਨਾਂ ਨੂੰ ਰਿਆਂ ਦੇ ਗੱਟੇ ਡੀਏਪੀ ਦੇ ਗੱਟੇ ਚਕਾਈ ਜਾਂਦੇ ਆ ਪਰ ਉੱਥੇ ਮਜ਼ਦੂਰ ਵੀ ਰਹਿੰਦੇ ਆ ਮਜ਼ਦੂਰਾਂ ਨੂੰ ਤਾਂ ਕੁਝ ਮਿਲਿਆ ਨਹੀਂ ਭਾਈ ਸਾਹਿਬ ਜੇ ਉੱਥੇ ਮੈਂ ਵੀ ਕਹਿੰਦਾ ਵੀ ਹਾਂ ਭਾਈ ਕਿੱਥੇ ਆ ਹਾਲਾ ਕਿ ਖਾਲਸਾ ਢ ਨੂੰ ਸਾਰਿਆਂ ਦੀ ਸਪੋਰਟ ਕਰਨੀ ਚਾਹੀਦੀ ਸੀ ਪਰ ਮੈਂ ਕਿਉਂ ਕਮਾ ਪੈਸਾ ਉਹ ਰੱਬ ਜਾਣੇ ਵੀ ਕਿੱਥੋਂ ਲਾਉਂਦੇ ਆ ਕਿੱਥੋਂ ਨਹੀਂ ਲਾਉਂਦੇ ਜਿਹੜੇ ਪੈਸਾ ਦਿੰਦੇ ਆ ਤਾਂ ਉਹ ਗੱਲਾਂ ਕਰਨ ਆਪਾਂ ਕੌਣ ਹੁੰਨੇ ਉਹਨਾਂ ਨੂੰ ਕਹਿਣ ਵਾਲੇ ਹੁਣ ਮੈਂ ਇੰਨੀ ਗੱਲ ਇਹ ਜ਼ਰੂਰ ਕਹੂੰਗਾ ਕਿ ਭਾਈ ਸਾਹਿਬ ਜਦੋਂ ਰੱਬ ਨਾ ਕਰੇ ਕਿਸਾਨ ਤੇ ਵਿਪਤਾ ਪੈ ਜੇ ਉਦੋਂ ਮਜ਼ਦੂਰ ਖੜ ਜਾਂਦਾ ਪਰ ਜਦੋਂ ਮਜ਼ਦੂਰ ਤੇ ਵਿਪਤਾ ਪੈਂਦੀ ਆਪਾਂ ਨੂੰ ਸੁਣਾਉਣੇ ਵੀ ਆ ਯਾਰ ਇਹ ਕਮਾਲ ਹੋ ਗਈ ਆ 15 20 ਦਿਨ ਹੋਏ ਆ ਮੇਰੇ ਨਾਲ ਜ਼ਿਮੀਦਾਰ ਭਾਈਚਾਰੇ ਸੰਧੂ ਸੰਧੂ ਸੀ ਉਹ ਗਏ ਆ ਮਜ਼ਦੂਰਾਂ ਨੂੰ ਪੱਠੇ ਦੇ ਕੇ ਆਏ ਆ ਹੁਣ ਉਹ ਕੱਲ ਨੂੰ ਸੁਣਾਈ ਜਾਣ ਉਹਦਾ ਕੀ ਬੈਨੀਫਿਟ ਤੁਸੀਂ ਮੈਨੂੰ ਦੱਸ ਦੋ ਜੇ ਗੱਲ ਇਹ ਆ ਕਿ ਭਾਈਚਾਰੇ ਦੀ ਗੱਲ ਆ ਜਾਂ ਤੁਸੀਂ ਕਹਿੰਨੇ ਆ ਵੀ 2000 ਰੁਪਇਆ ਲੈਣ ਲਵਾਈ ਮੈਂ ਕਹਿੰਨਾ 2 ਕਿਉਂ 1500 ਫਰੀ ਲੈਣ ਕਈ ਲਾਉਣਗੇ ਵੀ ਯਾਦ ਰੱਖਿਆ ਜੀ ਗੱਲ ਕਈ ਲਾਉਣਗੇ ਵੀ ਕਈ 1500 ਚ ਵੀ ਲਾਉਣਗੇ ਕਈ 5000 ਚ ਵੀ ਲਾਉਣਗੇ ਮੈਂ ਇੱਥੇ ਵੀ ਬੇਨਤੀ ਕਰਦਾ ਕਿ ਜਿਹਦੇ ਕੋਲ 2 ਤੋਂ 5 ਕਿੱਲੇ ਪੈਲੀ ਦੇ ਆ ਉਹਦੀ ਪੈਲੀ ਦੇ ਵਿੱਚ ਪਾਣੀ ਆਇਆ ਉੱਥੇ ਕੋਈ ਮਜ਼ਦੂਰ ਭਾਈਚਾਰਾ ਭਾਈ ਉਹਦੇ ਸੋਚ ਕੇ ਝੋਨਾ ਲਾਓ ਜੇ ਕਿਉਂਕਿ ਉਹ ਪਹਿਲਾਂ ਵੀ ਮਰ ਚੁੱਕਿਆ ਹੁਣ ਇਸ ਟਾਈਮ ਤੁਹਾਨੂੰ ਮੋਢਾ ਦੇਣ ਦੀ ਮਾਰੀ ਮੋਟੀ ਲੋੜ ਹੈ ਪਰ ਜੇ ਗੱਲ ਕਰੀਏ ਭਾਈ ਸਾਹਿਬ ਫਿਰ ਮੈਂ ਉਹੀ ਛਿੱਟੀਆਂ ਦੀ ਗੱਲ ਕਰਦਾ ਉਹੀ ਤੂੜੀ ਦੀ ਗੱਲ ਕਰਦਾ ਉਦੋਂ ਦੀ ਗੱਲ ਕਿੱਥੇ ਜਾ ਵੜਦੀ ਆ ਉਦੋਂ ਬਾਹਨ ਦੇ ਵਿੱਚੋਂ ਕੱਖ ਤੱਕ ਨਹੀਂ ਮਿਲਦਾ ਕਈ ਕਈ ਪਿੰਡ ਐ ਹੋਜਿਆ ਜਿੱਥੇ ਪੱਠੇ ਲੈ ਕੇ ਆਉਂਨੇ ਆ ਅਸੀਂ ਖੁਦ ਪੱਠੇ ਲੈ ਕੇ ਆਉਂਨੇ ਪਸ਼ੂਆਂ ਵਾਸਤੇ ਲੈ ਉਹਨਾਂ ਮੈਂ ਬੱਕਰੀਆਂ ਤੇ ਪੱਠੇ ਕੋਈ ਰੋਕਦਾ ਨਹੀਂ ਕੋਈ ਐ ਹੋਜਿਆ ਵਿਅਕਤੀ ਆ ਜਿਹੜਾ ਸਪਰੇਅ ਕਰ ਦਿੰਦਾ ਕੋਈ ਵੱਟ ਨਹੀਂ ਚੜਨ ਦਿੰਦਾ ਦੱਸੋ ਕੀ ਕਰੀਏ ਭਾਈ ਸਾਹਿਬ ਗੱਲ ਸਚਾਈ ਦੀ ਕਰੋ ਮੈਂ ਕਿਸੇ ਜ਼ਿਮੀਂਦਾਰ ਭਾਈਚਾਰੇ ਦੇ ਖਿਲਾਫ ਨਹੀਂ ਬੋਲ ਰਿਹਾ ਜੱਟ ਸਾਡਾ ਭਰਾ ਅਸੀਂ ਵੀ ਉਹਨਾਂ ਦੇ ਭਰਾ ਜੇਕਰ ਮਜ਼ਦੂਰ ਨੂੰ ਜ਼ਿੰਮੇਵਾਰ ਦੀ ਲੋੜ ਆ ਤੇ ਮਜ਼ਦੂਰ ਨੂੰ ਵੀ ਜ਼ਿੰਮੇਵਾਰ ਦੀ ਲੋੜ ਆ ਇਹ ਦੋਨਾਂ ਨੂੰ ਇੱਕ ਦੂਜੇ ਦੀ ਲੋੜ ਆ ਯਾਦ ਰੱਖ ਲੋ ਕਿਸਾਨ ਨੂੰ ਉਨੀ ਲੋੜ ਆ ਮਜ਼ਦੂਰ ਨੂੰ ਵੀ ਕਿਸਾਨ ਦੇ ਉਨੀ ਲੋੜ ਆ ਪਰ ਇਹ ਨਹੀਂ ਵੀ ਆਪੇ ਇੱਕ ਦੂਜੇ ਨੂੰ ਲਾਹਨਤ ਪਾ ਦਾਂਗੇ ਅਸੀਂ ਲੰਗਰ ਪਚਾਤੇ ਘਰਾਂ ਦੇ ਵਿੱਚ ਇਹ ਸਰਕਾਰ ਬੇਕਾਰ ਆ ਚਾਹੇ ਕੋਈ ਸਰਕਾਰ ਹੋਵੇ ਸਰਕਾਰ ਨੂੰ ਬਣਾਉਂਦੇ ਆ ਲੋਕ ਪਰ ਉਹ ਆਸਾਂ ਤੁਹਾਡੇ ਵਰਗਿਆਂ ਤੇ ਰੱਖ ਲੈਂਦੇ ਆ ਜਿਹੜੇ ਦਾਨੀ ਸੱਜਣਾਂ ਉਹਨਾਂ ਤੇ ਰੱਖ ਲੈਂਦੇ ਆ ਹਾਲਾਕੀ ਮੈਂ ਕਹਿੰਦਾ ਸਰਕਾਰ ਨਾਲੋਂ ਤਾਂ ਦਾਨੀ ਸੱਜਣ ਚੰਗੇ ਉਹ ਸਾਡੇ ਜਿਹੜੇ ਵੀਰ ਸੱਤ ਸਮੁੰਦਰੋਂ ਪਾਰ ਬੈਠੇ ਉਹ ਚੰਗੇ ਇਹ ਇਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ ਸਰਕਾਰ ਦਾ ਫਰਜ਼ ਹੁੰਦਾ ਉਹ ਦੱਸ ਰਹੇ ਸੀ ਉਹਦੇ ਜਿੱਦੇ ਝੋਟੇ ਦਾ ਕੱਠ ਕੀਤਾ ਸੀ ਉਹਦੇ ਵਿੱਚ ਇੱਕ ਸੱਜਣ ਨੇ ਦੱਸਿਆ ਕਿ ਪੈਸਾ ਆ 200 ਪਤਾ ਨਹੀਂ ਕਿੰਨੇ ਕਰੋੜ ਇਹਨਾਂ ਨੇ ਕਹਤਾ 30 ਤੋਂ 35 ਕਰੋੜ ਰੁਪਈਆ ਬਜਟ ਦਿੱਤਾ ਇਹਨਾਂ ਨੇ ਉਹਦੇ ਵਾਸਤੇ ਆਪਣੇ ਹਰ ਪੀੜਤਾ ਵਾਸਤੇ ਇਹ ਸਰਕਾਰ ਦੀਆਂ ਨਾਕਾਮਯਾਬੀਆਂ ਜਿਹੜੀਆਂ ਲੋਕਾਂ ਦੇ ਅਧੀਨ ਕਰ ਦਿੰਦੀਆਂ ਲੋਕਾਂ ਏ ਮੇਰੀ ਫਿਰ ਤੋਂ ਬੇਨਤੀ ਹੈ ਇਹ ਕਿ ਇਹ ਸਾਨੂੰ ਭਾਈਚਾਰਾ ਬਣਾਉਣ ਵਾਸਤੇ ਇੱਕ ਦੂਜੇ ਦੀ ਸਮਝ ਨਹੀਂ ਪਾਉਗੀ ਅੱਜ ਦੇ ਕਿਸਾਨਾਂ ਨੂੰ ਲੋੜਾ ਮਜ਼ਦੂਰਾਂ ਦੀ ਮਜ਼ਦੂਰ ਸਾਧਨ ਫਿਰ ਜਦੋਂ ਨਰਮਾ ਹੁੰਦਾ ਤਾਂ ਉਦੋਂ ਸਿਲਾ ਚੁਗਣ ਨਹੀਂ ਦਿੱਤਾ ਜਾਂਦਾ ਪਹਿਲਾਂ ਸਿਲਾ ਚੁਗਦੇ ਸੀ ਆਪਾਂ ਵੀ ਵੀਡੀਓ ਬਣੇ ਆ ਇੱਕੋ ਜਦੋਂ ਛਿੱਟੇ ਚੁਗਣ ਜਾਂਦੇ ਜੇ ਤੁਹਾਡੇ ਬੱਲੀਆਂ ਕਹਿ ਦਿੰਦੇ ਇਧਰਲੇ ਏਰੀਏ ਦੇ ਵਿੱਚ ਤੇ ਉਹ ਬੱਲੀਆਂ ਚੁਗਣ ਵਾਸਤੇ ਕਈਆਂ ਨੂੰ ਕੁੱਟਾਂ ਪੈ ਜਾਂਦੀਆਂ ਇਹ ਇਹ ਚੀਜ਼ਾਂ ਆਪਾਂ ਰੋਕੂ ਤੋਂ ਨਹੀਂ ਆਪਾਂ ਬੋਲਦੇ ਉਦੋਂ ਆਪਾਂ ਨੂੰ ਬੋਲਣਾ ਚਾਹੀਦਾ ਉਹ ਤਾਂ ਇਹਨਾ ਸੋਚਿਆ ਕਰੋ ਵੀ ਇਹ ਜ਼ਿਮੀਦਾਰ ਦੀ ਗਲਤੀ ਹੋ ਕਿ ਨਹੀਂ ਇਹ ਜ਼ਿਮੀਦਾਰ ਦੀ ਗਲਤੀ ਨਹੀਂ ਗੀ ਇਹਦਾ ਮਤਲਬ ਇਹ ਆ ਉਹਦੇ ਵਿੱਚ ਇਨਸਾਨੀਅਤ ਨਹੀਂ ਉਹਦੀ ਗਲਤੀ ਆ ਕਈ ਇਹੋ ਜਿਹੇ ਜ਼ਿਮੀਦਾਰ ਬੈਠੇ ਆ ਸਾਡਾ ਜੱਟ ਭਾਈਚਾਰਾ ਜਿਹੜਾ ਜਮ੍ਹਾਂ ਗਰੀਬ ਘਰਾਂ ਨੂੰ ਕਣਕਾਂ ਦੇ ਕੇ ਆਉਂਦਾ ਘਰਾਂ ਦੇ ਵਿੱਚ ਨਹੀਂ ਸੁਣਾਉਂਦੇ ਕਦੇ ਨਹੀਂ ਪਾਉਂਦੇ ਵੀਡੀਓ ਮੈਂ ਝੂਠ ਕਹਿ ਰਿਹਾ ਤੁਸੀਂ ਦੱਸੋ ਕਈ ਇਹੋ ਜਿਹੇ ਜ਼ਿਮੀਦਾਰ ਭਾਈਚਾਰੇ ਆ ਬੰਦੇ ਤਾਂ ਜ਼ਿਮੀਦਾਰਾਂ ਦੇ ਹੀ ਆ ਜਿਹੜੇ ਵਿਚਾਰੇ ਬਾਹਰ ਗਏ ਆ ਮਜ਼ਦੂਰ ਤਾਂ ਛੇਤੀ ਕਿਤੇ ਬੋਲਦਾ ਨਹੀਂ ਉੱਥੇ ਉਹ ਜਦੋਂ ਕੁੜੀਆਂ ਦੇ ਗਰੀਬ ਕੁੜੀਆਂ ਦੇ ਵਿਆਹ ਹੁੰਦੇ ਆ ਉਦੋਂ ਕਈ ਲੱਖ ਲੱਖ ਰੁਪਈਆ ਡੇਢ ਡੇਢ ਲੱਖ ਰੁਪਈਆ 50 50 ਹਜ਼ਾਰ ਰੁਪਏ ਜਿੰਨੇ ਅਗਲੇ ਦੀ ਉਹ ਬੰਦੀ ਅਗਲੇ ਕਰਦੇ ਮਦਦ ਕਿਨੇ ਕਹਿ ਦੀ ਪਰ ਉਹ ਸੁਣਉਂਦੇ ਨਹੀਂਗੇ ਮੇਰੀ ਇਹ ਬੇਨਤੀ ਆ ਮਜ਼ਦੂਰ ਉਹਨਾਂ ਦੀ ਮਿਹਨਤ ਬੰਦੀ ਆ ਹਾਂ ਇਹ ਆਪਾਂ ਗਿਲਾ ਸ਼ਿਕਵਾ ਤਾਂ ਕਰਦੇ ਚੰਗੇ ਲੱਗਦੇ ਸੀ ਜੇਕਰ ਸਾਡਾ ਕਿਸਾਨ ਭਾਈਚਾਰਾ ਜਦੋਂ ਟੂੜੀ ਦੀ ਗੱਲ ਆਉਂਦੀ ਹੈ ਤਾਂ ਟੂੜੀ ਕਵੇ ਭਾਈ ਤੇਲ ਤੇਰਾ ਟਰੈਕਟਰ ਮੇਰਾ ਜਾ ਜਿਹੜਾ 5 700 ਮੈਂ ਟੁੱਟ ਪੱਜ ਲਾਉਂਗਾ ਜਾਂ 1000 ਲਾਉਂਗਾ ਤੇਰੇ ਮੈਂ ਉਹ ਕਰ ਦੇਣਾ 12 1500 ਦੇ ਵਿੱਚੋਂ ਜਿਹੜਾ ਕਹਿ ਲੋ ਵੀ ਟੁਬੜੀ ਸਿੱਟ ਕੇ ਆਵੇ ਇਹ ਤਾਂ ਗੱਲ ਹੋਈ ਪਈ ਆ ਵੀ ਸਰਕਾਰ ਲੋਕਾਂ ਦੇ ਨਾਲ ਤਾਂ ਖੜਦੀ ਨਹੀਂ ਸਰਕਾਰ ਕੱਲ ਨੂੰ ਕਵੇ ਸਾਡੂੰ ਸਾਡੇ ਨਾਲ ਖੜੋ ਤੁਸੀਂ ਜਿਵੇਂ ਕਿ ਰੇਤੇ ਦੀ ਟਰਾਲੀ ਆ ਅੱਜ 12 ਤੋਂ 13000 ਰੁਪਏ ਦੀ ਟਰਾਲੀ ਮਿਲ ਜਾਂਦੀ ਆ ਅੱਜ 12 ਤੋਂ 13000 ਰੁਪਏ ਦੀ ਟਰਾਲੀ ਮਿਲ ਜਾਂਦੀ ਆ ਕੱਲ ਨੂੰ ਸਰਕਾਰ ਤੇ ਵਿਫਤਾ ਪਵੇ ਉਹ ਸਰਕਾਰ ਕਦੇ ਵੀ ਸਾਡੇ ਨਾਲ ਖੜੋ ਇਹ ਗੱਲਾਂ ਨਹੀਂ ਬੰਦਦੀਆਂ ਜਿੰਨੀ ਕਿ ਸਰਕਾਰ ਖੜਦੀ ਉਹਨਾਂ ਕੋ ਖੜ ਗਿਆ ਮੈਂ ਫਿਰ ਤੋਂ ਕਹਿ ਰਿਹਾ ਮੈਂ ਕਿਸੇ ਵੀ ਜ਼ਿਮੀਂਦਾਰ ਭਾਈਚਾਰੇ ਦੇ ਖਿਲਾਫ ਨਹੀਂ ਬੋਲਦਾ ਮੈਂ ਫਿਰ ਤੋਂ ਕਹਿ ਰਿਹਾ ਜਿਨ੍ਹਾਂ ਦੇ ਵਿਚਾਰਿਆਂ ਦੇ 4 ਤੋਂ 5 ਕਿੱਲੇ ਆ 6 ਕਿੱਲੇ ਆ ਅਗਲੇ ਦੀ ਹਾਲਤ ਵੇਖਿਆ ਜੇ ਉਸ ਹਾਵ ਨਾਲ ਝੋਨਾ ਲਾਓ ਜੇ ਤੁਹਾਨੂੰ ਘਾਟਾ ਨਾ ਪਵੇ ਅਗਲੇ ਨੂੰ ਵੀ ਘਾਟਾ ਨਾ ਪਵੇ ਯਾਦ ਰੱਖ ਲੋਗਾ ਮੇਰੇ ਵੀਰੋ ਜੇ ਆਪਾਂ ਭਾਈਚਾਰੇ ਦੀ ਗੱਲ ਕਰਦੇ ਆ ਤਾਂ ਮੇਰੀ ਤੁਹਾਨੂੰ ਹੱਥ ਮੰਨ ਕੇ ਬੇਨਤੀ ਆ ਕਿ ਭਾਈਚਾਰਾ ਕਿਵੇਂ ਆਪਣਾ ਵਾਧਾ ਰੂਗਾ ਜਦੋਂ ਨਰਮਾ ਹੁੰਦਾ ਛਿਟੀਆਂ ਉਹ ਤੋਂ ਕਿਆ ਕਰ ਪੱਟੋ ਮਜ਼ਦੂਰ ਕੋਈ ਗੱਲ ਨਹੀਂ ਅਸੀਂ ਨਾਲ ਖੜੇ ਆ ਸਾਡੀ ਫਸਲ ਦੇ ਵਿੱਚ ਜੇਕਰ ਪੱਠੇ ਖੜੇ ਆ ਜਿਹੜੇ ਆਪਣੇ ਆਪ ਉੱਗਦੇ ਆ ਇੱਕ ਤਾਂ ਜਵਾਰ ਇੱਕ ਤਾਂ ਬੀਜੇ ਜਾਂਦੇ ਆਪਣੇ ਆਪ ਜਿਹੜੇ ਉੱਗਦੇ ਆ ਉਹਨਾਂ ਤੇ ਸਪਰੇਅ ਕਰਾਉਣੀ ਬੰਦ ਕਰਾਓ ਯਹਾਂ ਭਾਈ ਐਨੇ ਆਪਣੇ ਵਾਹਨ ਦੇ ਵਿੱਚ ਪੱਠੇ ਹੋਏ ਪਏ ਆ ਕੋਈ ਵੀ ਜਾ ਕੇ ਲਿਆਓ ਆਪਣਾ ਕੋਈ ਕਿਸਨਾ ਗਲਾਸ਼ੇ ਕਰਵਾਣੀ ਉੱਥੇ ਲੱਗਦਾ ਤੇ ਜਿਹੜਾ ਇਹੋ ਜਿਹੇ ਬੰਦਿਆਂ ਨਾਲ ਭਾਈ ਮਜ਼ਦੂਰ ਵੀ ਜੇਕਰ ਦਗਾ ਕਮਾਉਂਦਾ ਤੇ ਉਹਦੇ ਵਰਗਾ ਫਿਰ ਪਾਪੀ ਕੋਈ ਨਹੀਂ ਏ ਆਪਨ ਗਲਤ ਸੋਚ ਨਹੀਂ ਆਪਾਂ ਇੱਕ ਇੱਕ ਯਾਰ ਉਹ ਚੀਤੇ ਬੋਲ ਲੈਣਾ ਜਦੋਂ ਆਪਾਂ ਮਜ਼ਦੂਰ ਨੂੰ ਘਾਟਾ ਪੈ ਜਾਂਦਾ ਆਪੋ ਬੋਲਦੇ ਨਹੀਂ ਪਰ ਵੀਰ ਮੇਰੇ ਉਹ ਗੱਲ ਸਮਝ ਨਹੀਂ ਪਊਗੀ ਮੈਂ ਜੇ ਗਲਤ ਕਹਿ ਤਾ ਉਹਦੇ ਵਿੱਚ ਦੱਸ ਦੇਗੇ ਸਾਡੇ ਜ਼ਿਮੀਦਾਰ ਭਾਈਚਾਰੇ ਨੂੰ ਬਹੁਤ ਨੁਕਸਾਨ ਹੋਇਆ ਤੇ ਔਰ ਜ਼ਿਮੀਦਾਰ ਨੂੰ ਨਹੀਂ ਉਹ ਸਾਨੂੰ ਨੁਕਸਾਨ ਹੋਇਆ ਕਿਉਂਕਿ ਜੇ ਭਰਾਵਾ ਜ਼ਿਮੀਦਾਰ ਦੇ ਟਮਾਟਰ ਖਿੱਲਰ ਗਏ ਤਾਂ ਟਮਾਟਰ ਸਾਨੂੰ ਆ 250 ਰੁਪਏ ਕਿਲੋ ਮਿਲਣੇ ਆ ਜੇਕਰ ਉਹਦੀ ਕਣਕ ਬਰਬਾਦ ਹੋ ਗਈ ਉਹ ਕਣਕ ਸਾਨੂੰ ਮਹਿੰਗੀ ਮਿਲਣੀ ਆ ਜੇਕਰ ਉਹਦਾ ਨਰਮਾ ਤਬਾਹ ਹੋ ਗਿਆ ਤਾਂ ਸਾਨੂੰ ਕੱਪੜੇ ਮਹਿੰਗੇ ਮਿਲਣਗੇ ਜੇਕਰ ਉਹਦੀਆਂ ਸਬਜ਼ੀਆਂ ਬਰਬਾਦ ਹੋ ਗਈਆਂ ਤਾਂ ਸਾਨੂੰ ਸਬਜ਼ੀਆਂ 120-20 ਰੁਪਏ ਕਿਲੋ ਮਿਲਣਗੇ ਇਹ ਇਹ ਕਿਸਾਨ ਕਿਸੂਨ ਪਾਸੇ ਘੜ ਦੋ ਇਹਦਾ ਨੁਕਸਾਨ ਤਾਂ ਕਿ ਲੋਕਾਂ ਦਾ ਆ ਜਾਂਦਾ ਕਿਸਾਨ ਦਾ ਨੁਕਸਾਨ ਘੱਟ ਲੋਕਾਂ ਦਾ ਜ਼ਿਆਦਾ ਆ ਜਾਂਦਾ ਸਾਡੇ ਕਿਸਾਨ ਨੂੰ ਸੋਚਣ ਦੀ ਲੋੜ ਆ ਛੱਲੀ ਇਹਨਾਂ ਤੋਂ 2 ਰੁਪਈਆ ਦੀ ਲੈ ਕੇ ਅਸੀਂ 20-20 ਰੁਪਈਆ ਦੀ ਛੱਲੀ ਖਾਣੇ ਆ ਮੈਂ ਕਹਿੰਨਾ ਖੁਦ ਕਹਿੰਨਾ ਪਰ ਜਿੱਥੇ ਧੱਕੇ ਦੀ ਗੱਲ ਆਊਗੀ ਕਹਿੰਦਾ ਕਾ ਠੱਕੇ ਤਾਂ ਵੱਡੇ ਭਾਈ ਇਹਨਾਂ ਨੂੰ ਪੈਂਦੀ ਪੈਂਦੇ ਮਜ਼ਦੂਰਾਂ ਨੂੰ ਬਹੁਤ ਕਾਫੀ ਜ਼ਿਆਦੇ ਪੈਂਦੇ ਆ ਠੱਕੇ ਮੈਂ ਫਿਰ ਤੋਂ ਕਹਿ ਰਿਹਾ ਕਿ ਜਦੋਂ ਹ ਨਰਮਾਊਗਾ ਛਟੀਆਂ ਇਹਨਾਂ ਦੇ ਨਾਂ ਕਰਦੋ ਜਦੋਂ ਕਣਕਾਂ ਨੂੰ ਤੂੜੀਆਂ ਇਹਨਾਂ ਦੇ ਨਾਂ ਕਰਦੋ ਤੂੜੀ ਆਪ ਨੂੰ ਵੀ ਤੁਹਾਨੂੰ ਚਾਹੀਦੀ ਪਰ ਵੱਡੇ ਵੱਡੇ ਕੁੱਪ ਲਾ ਕੇ ਰਹਿੰਦੇ ਆ ਵੱਡੇ ਭਾਈ ਰਾਜਸਥਾਨ ਤੂੜੀਆਂ ਵੇਚਦੇ ਆ ਉਦੋਂ ਕਿਉਂ ਨਹੀਂ ਕੋਈ ਬੋਲਿਆ ਫਿਰ ਤੋਂ ਕਹਿ ਰਿਹਾ ਕੋਈ ਵੀ ਬੰਦੇ ਇਸ ਵੀਡੀਓ ਨੂੰ ਗਲਤ ਨਾ ਪਾਵੇ ਮੈਂ ਕਿਸੇ ਵੀ ਭਾਈਚਾਰੇ ਦੇ ਖਿਲਾਫ ਨਹੀਂ ਬੋਲਦਾ ਮੈਨੂੰ ਦੋਨੇ ਇੱਕੋ ਜਿਹਾ ਪਰ ਗੱਲ ਜੇ ਸੱਚਾਈ ਦੀ ਕਰੀਏ ਤਾਂ ਮੈਂ ਸੱਚਾਈ ਬੋਲਤੀ ਆ ਅਗਲੀ ਵਾਰੀ ਨਾ ਕੱਪ ਲਾਉਂਦੇ ਹੋ ਜੇ ਘੱਲੋ ਮਜ਼ਦੂਰਾਂ ਦੇ ਜਿੱਥੇ ਵਿਚਾਰਿਆਂ ਨੇ ਪਸ਼ੂ ਵੇਚ ਤੇ ਮਜ਼ਦੂਰਾਂ ਨੇ ਤੁਹਾਨੂੰ ਇਹ ਚੀਤਾ ਪਤਾ ਨਹੀਂ ਜੇ ਪਸ਼ੂ ਵੇਚ ਆਪਣੇ ਬੱਚੇ ਜ਼ਹਿਰੀਲਾ ਦੁੱਧ ਪੀ ਰਹੇ ਆ ਫਲਾਨੇ ਪੈਕਟ ਵਾਲਾ ਦੁੱਧ ਲਿਆਓ 10 ਰੁਪਏ ਦਾ 100 ਦਿਨ ਖਰਾਬ ਨਹੀਂ ਹੁੰਦਾ ਕੈਮੀਕਲ ਲਾਓ ਨੁਕਸਾਨ ਪੰਜਾਬ ਦਾ ਹੋ ਰਿਹਾ ਚਾਹੇ ਉਹ ਮੈਂ ਕੋਈ ਜਾਤ ਨਹੀਂ ਵੇਖੂਗਾ ਪੰਜਾਬ ਦੇ ਵਿੱਚ ਮੈਂ ਪੰਜਾਬ ਦਾ ਪੰਜਾਬੀ ਵੇਖੂਗਾ ਪਰ ਨੁਕਸਾਨ ਪੰਜਾਬੀਆਂ ਦਾ ਹੋ ਰਿਹਾ ਇੱਕ ਦੂਜੇ ਨਾਲ ਲੜ ਲੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਸੱਜਣ ਨੇ ਬੋਲਿਆ ਮੇਰੀ ਉਹਦੇ ਨਾਲ ਵੀ ਕੋਈ ਗਿਲਾ ਸ਼ਿਕਵਾ ਨਹੀਂ ਸਿਰ ਮੈਂ ਗੱਲਾਂ ਦਾ ਜਵਾਬ ਦਿੱਤਾ ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਂਸ਼ੀ ਟੀਵੀ ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਂਸ਼ੀ ਟੀਵੀ